ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਮਾਡੀ ਗੁੱਚੀਆ ਦੇ ਪਿੰਡ ਵਾਸੀਆਂ ਦੁਆਰਾ ਨੈਸ਼ਨਲ ਹਾਈਵੇ ਤੇ ਸ਼੍ਰੀ ਹਰਗੋਬਿੰਦਪੁਰ ਦੇ ਹੁਸ਼ਿਆਰਪੁਰ ਚੰਡੀਗੜ੍ਹ ਚੌਂਕ ਨੂੰ ਜਾਮ ਕੀਤਾ ਗਿਆ। ਧਰਨੇ ਪ੍ਰਦਰਸ਼ਨ ਦੌਰਾਨ ਅਕਾਲੀ ਨੇਤਾ ਮੰਗਲ ਸਿੰਘ ਅਤੇ ਪ੍ਰਦਰਸ਼ਨਕਾਰੀ ਲੋਕਾਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ 'ਚ ਪਿੰਡ ਮਾੜੀ ਗੁੱਚੀਆ ਦੇ ਸਰਪੰਚੀ ਦੇ ਉਮੀਦਵਾਰ ਦੇ ਨਾਮਜ਼ਦ ਕਾਗਜ਼ ਸਿਆਸੀ ਦਬਾਅ ਦੇ ਚਲਦੇ ਰੱਦ ਕਰ ਦਿੱਤੇ ਗਏ ਸਨ, ਪਰ ਬਾਅਦ 'ਚ ਇਸ ਨੂੰ ਹਾਈਕੋਰਟ 'ਚ ਧੱਕੇਸ਼ਾਹੀ ਨਾਲ ਪੇਸ਼ ਕਰਵਾਇਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਮਜਬੂਰੀ 'ਚ ਸੜਕ ਉੱਤੇ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਤੇ ਜਦੋਂ ਤੱਕ ਸਾਡੇ ਸਰਪੰਚ ਦੇ ਨਾਮਜ਼ਦ ਕਾਗਜ਼ ਲਿਸਟ 'ਚੋਂ ਨਹੀਂ ਹੁੰਦੇ ਤਦ ਤੱਕ ਇਹ ਰੋਸ ਪ੍ਰਦਰਸ਼ਨ। ਪਿੰਡ ਮਾੜੀ ਗੁੱਚੀਆ ਦਾ ਸਾਬਕਾ ਸਰਪੰਚ ਆ, ਇਹ ਜਿਹੜੀ ਇਲੈਕਸ਼ਨ ਸਰਪੰਚੀ ਦੀ ਹੋਣ ਜਾ ਰਹੀ ਸੀ, ਇਹਦੇ ਵਿੱਚ ਸੁਖਜੀਤ ਕੌਰ ਵਾਈਫ ਆਫ ਵਿਜੇ ਕੁਮਾਰ, ਇਹ ਜਿਹੜੀ ਚੋਣ ਲੜ ਰਹੀ ਹੈ ਕਾਂਗਰਸ ਪਾਰਟੀ ਦੀ ਥਾਪਨਾ ਨਾਲ, ਉਹਨਾਂ ਦੇ ਸਹਿਯੋਗ ਨਾਲ ਲੜ ਰਹੀ ਹੈ। MLA ਨਾਲ ਭਰੋਸਾ ਦਿੱਤਾ ਵੀ ਤੂੰ ਮੇਰਾ ਕੈਂਡੀਡੇਟ ਆ। ਉਸ ਤੋਂ ਬਾਅਦ ਅਸੀਂ ਵੋਟਰ ਹੁੰਦੇ ਹਾਂ ਪਿੰਡ ਦੇ, ਆਪਣੇ ਭਾਈਚਾਰਕ ਤੌਰ 'ਤੇ ਅਸੀਂ ਭਾਵੇਂ ਅਕਾਲੀ ਦਲ ਨੂੰ ਬਿਲੋਂਗ ਕਰਦੇ ਹਾਂ, ਪਰ ਅਸੀਂ ਇਹਦੀ ਪੂਰੀ ਸਪੋਰਟ 'ਤੇ ਹਾਂ। ਇਹਨੇ ਜਦੋਂ ਇਹਦੇ ਉਹਨਾਂ ਨੇ ਦੂਸਰੀ ਪਾਰਟੀ ਕੋਲੋਂ ਪਤਾ ਨਹੀਂ ਕਿਹੜੇ ਢੰਗ ਨਾਲ ਕੋਈ ਲੈਣ ਦੇਣ ਕਰਕੇ, ਜਾਂ ਇਹ ਗੱਲ ਕੋਈ ਸਮਝਣਗੀ ਲੱਗੀ ਅੱਜ ਤੱਕ ਲੋਕਾਂ ਨੂੰ, ਲੈਣ ਦੇਣ ਕਰਕੇ ਦੂਜਿਆਂ ਨੂੰ ਵਨ ਸਾਈਡ ਐਪਲੀਕੇਸ਼ਨ ਇਹਨਾਂ ਦੀਆਂ ਦੋਵੇਂ, ਇਹਨਾਂ ਦੀ ਅਤੇ ਇਹਨਾਂ ਦੀ ਮਾਤਾ ਦੀ, ਕਵਰੇ ਕੈਂਡੀਡੇਟ ਦੇ ਜਿਹੜੇ ਆ ਕਾਗਜ਼ ਰੱਦ ਕਰਵਾ ਕੇ ਇੱਕ ਪਾਸੜ ਉਹਨਾਂ ਨੂੰ ਅਨਪੋਸਟ ਜਿਤਾਉਣ ਦਾ ਯਤਨ ਕੀਤਾ, ਜਿੱਥੇ ਅਸੀਂ ਅੱਜ ਸਾਰੇ ਆਪਣੀ ਜ਼ਮੀਰ ਦੀ ਆਵਾਜ਼ 'ਤੇ ਇਹਨਾਂ ਦੇ ਨਾਲ ਹੋਈ ਧੱਕੇਸ਼ਾਹੀ ਵਿੱਚ ਸ਼ਾਮਿਲ ਹੋਏ ਹਾਂ। ਇਹ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲਿਆ। ਇਹ ਜੀ ਧਰਨਾ ਅਸੀਂ ਕੱਲ੍ਹ ਦਾ ਲਗਭਗ ਪਹਿਲਾਂ ਜਿਹੜਾ ROC ਸਾਡੇ ਜਤਿੰਦਰ ਮਾਜਮ ਜੀ ਉਹਨਾਂ ਦੇ ਦਫ਼ਤਰ ਕੱਲ੍ਹ ਲਾਇਆ ਸੀ। ਕੱਲ੍ਹ ਜਿਹੜੇ ਅਸੀਂ ਸਾਡੇ ਕਾਗਜ਼ ਜਿਹੜੇ ਕੈਂਸਲ ਹੋਏ ਸੀ ਪਿੰਡ ਮਾੜੀ ਗੁੱਚੀਆਂ ਦੇ ਅਤੇ ਪੱਤੀ ਲਵਾਣਾ, ਉਹਨਾਂ ਦੇ ਕਾਗਜ਼ ਕੈਂਸਲ ਹੋਏ ਸੀ, ਉਹਨਾਂ ਦੇ ਸੰਬੰਧੀ ਅਸੀਂ ਹਾਈਕੋਰਟ 'ਚ ਰਿੱਟ ਪਾਈ ਸੀ। ਹਾਈਕੋਰਟ ਦੇ ਹੁਕਮ ਦੀ ਵੀ ਪਾਲਣਾ ਇਹਨਾਂ ਨੇ ਨਹੀਂ ਪਰਵਾਹ ਕੀਤੀ। ਕੱਲ੍ਹ ਅਸੀਂ ਹਾਈਕੋਰਟ ਦੇ ਆਰਡਰ ਜਿਹੜੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦਿੱਤੇ, ਉਹਨਾਂ ਨੇ ਮਾਰਕ ਕਰਕੇ SDM ਨੂੰ ਅਤੇ SDM ਨੇ ਤਹਿਸੀਲਦਾਰ ਨੂੰ। ਕੱਲ੍ਹ ਤਹਿਸੀਲਦਾਰ ਦੀ ਹਾਜ਼ਰੀ 'ਚ ਜਿਹੜਾ RO ਜਤਿੰਦਰ ਮਾਜਰਿਆਂ ਉਹਨੇ ਰਿਟਨ ਲਿਖਿਆ ਵੀ ਜਿਹੜੀ ਆ NOC ਦੇ ਕਰਕੇ ਜਿਹੜੇ ਕਾਗਜ਼ ਕੈਂਸਲ ਕੀਤੇ ਸੀ, ਹੁਣ ਸਾਨੂੰ NOC ਦੀ ਜਿਹੜੀ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਜਾਰੀ ਹੋਇਆ, ਸਾਨੂੰ ਲੋੜ ਨਹੀਂ, ਇਸ ਕਰਕੇ ਕਾਗਜ਼ਾਂ ਨੂੰ ਹੀ ਬਹਾਲ ਕਰ ਦਿੱਤਾ ਜਾਊਗਾ ਅਤੇ ਕੱਲ੍ਹ ਤੁਹਾਨੂੰ 12 ਵਜੇ ਚੋਣ ਨਿਸ਼ਾਨ ਦਿੱਤੇ ਜਾਣਗੇ। ਪਰ ਅੱਜ ਉਹਨੇ ਕੋਈ ਵੀ ਪਰਵਾਹ ਨਹੀਂ ਕੀਤੀ, ਉਹਨੇ ਵੀ 12 ਵਜੇ ਤੱਕ ਸਾਨੂੰ ਚੋਣ ਨਿਸ਼ਾਨ ਦਾ ਅਲਾਟ ਨਹੀਂ ਕੀਤੇ। ਅਸੀਂ 12 ਵਜੇ ਦੁਬਾਰਾ ਫਿਰ ਆਏ, ਉਹਨਾਂ ਨੇ ਸਾਨੂੰ ਕੋਈ ਚੋਣ ਨਿਸ਼ਾਨ ਅਲਾਟ ਨਹੀਂ ਕੀਤੇ। ਫਿਰ ਅਸੀਂ 2 ਵਜੇ ਥਰੂ ਤਹਿਸੀਲਦਾਰ ਦੇ ਰਾਹੀਂ ਅਲਟੀਮੇਟ ਵੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਵੀ ਜੇ ਸਾਡੀ ਮੰਨ ਲਓ 3 ਵਜੇ ਤੱਕ ਸੁਣਾਈ ਕੋਈ ਨਾ ਹੋਈ ਤਾਂ ਅਸੀਂ ਹਾਈਵੇ ਰੋਡ 'ਤੇ ਪਵਾਂਗੇ। ਜਿਹਦੀ ਜ਼ਿੰਮੇਵਾਰੀ ਸ਼ਾਸਨ ਅਤੇ ਪ੍ਰਸ਼ਾਸਨ ਦੀ ਹੋਵੇਗੀ, ਜੇ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਇਹਦੀ ਜ਼ਿੰਮੇਵਾਰੀ ਸ਼ਾਸਨ ਪ੍ਰਸ਼ਾਸਨ ਹੋਵੇਗਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦ TVN।